ਉਹਨਾਂ ਨੂੰ ਸੱਤਾ ਦਿੰਦੇ ਹਾਂ ਕਿ ਸਾਈਂ ਇਥਾਈ ਆਓ ਤੇ ਆਪਣੇ ਖਿਆਲਾਂ ਨੂੰ ਸਾਡੇ ਤੱਕ ਪਹੁੰਚਾਓ। ਸਾਈਂ ਗੁਲਾਮ ਹੈਦਰ ਸਾਹਿਬ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਵਕਤ ਤੇ ਪਹਿਲੇ ਲਿਆ ਜਾ ਚੁੱਕਾ, ਲਿਆਜ਼ਾ ਮੈਂ ਹੁਣ ਵਕਤ ਨਹੀਂ ਲਵਾਂਗਾ। ਅਸਲ ਦੇ ਵਿੱਚ ਜਿਸ ਵਕਤ ਇਹ ਢੋਲ ਦੀ ਥਾਪ ਅਤੇ ਚਿਮਟੇ ਦੀ ਛਣਕਾਰ ਇਹ ਚੱਲੀ ਹੈ ਤਾਂ ਮੇਰਾ ਖਿਆਲ ਹੈ ਦਿਲਾਂ ਦੇ ਵਿੱਚ ਐਸੀ ਵਾਈਬ੍ਰੇਸ਼ਨਸ ਪੈਦਾ ਹੋਈਆਂ ਨੇ ਕਿ ਸਾਰਾ ਜੰਗ ਉਤਰ ਗਿਆ ਅਤੇ ਸੁੱਚੇ ਦਿਲ ਜਿਹੜੇ ਨੇ ਉਹ ਜ਼ਾਹਿਰ ਹੋ ਗਏ ਨੇ। ਮੈਂ ਜਨਾਬ ਦਲਵੀਰ ਸਿੰਘ ਹੋਰਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਆਏ ਉਹਨਾਂ ਵਕਤ ਦਿੱਤਾ। ਜਨਾਬ ਸ਼ਾਹਿਦ ਸ਼ਬੀਰ ਸਾਹਿਬ ਜਿਤਨੀ ਮਿੱਠੀ ਸ਼ਖਸੀਅਤ ਨੇ ਉਤਨਾ ਹੀ ਜ਼ਿਆਦਾ ਮਿੱਠਾ ਉਹਨਾਂ ਮਹਿਮਾਨ ਸਾਨੂੰ ਲਿਆ ਕੇ ਦਿੱਤਾ। ਅੱਲਾਹ ਤਾਲਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਜ਼ਾਫਾ ਕਰੇ, ਵਾਧਾ ਕਰੇ, ਔਰ ਸਾਡੇ ਨਾਲ ਉਹ ਇੱਕ ਹੋਰ ਪ੍ਰੋਮਿਸ ਕਰਕੇ ਜਾ ਰਹੇ ਨੇ ਕਿ ਅੱਜ ਜਿਹੜੀ ਕਿਤਾਬ ਉਹਨਾਂ ਸਾਡੀ ਲਾਇਬ੍ਰੇਰੀ ਨੂੰ ਗਿਫਟ ਕੀਤੀ ਹੈ, ਸਾਡੇ ਸਟਾਫ ਨੂੰ ਗਿਫਟ ਕੀਤੀ ਹੈ, ਉਸ ਦਾ ਉਰਦੂ ਤਰਜਮਾ ਲੈ ਕੇ ਬਹੁਤ ਜਲਦ ਫਰਵਰੀ ਦੇ ਵਿੱਚ ਸਾਡੇ ਕੋਲ ਆਉਣ ਦਾ ਵਾਅਦਾ ਕਰ ਰਹੇ ਨੇ। ਅੱਲਾਹ ਤਾਲਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਜ਼ਾਫਾ ਕਰੇ। ਸਾਨੂੰ ਜਨਾਬ ਅਸੀਂ ਉਹਨਾਂ ਦੇ ਸ਼ਦੀਦ ਇੰਤਜ਼ਾਰ ਦੇ ਵਿੱਚ ਰਵਾਂਗੇ, ਇਹ ਵਕਤ ਕਿਵੇਂ ਗੁਜ਼ਾਰਨਾ ਹੈ ਇਹ ਜਨਾਬ ਮੈਨੂੰ ਪਤਾ ਹੈ। ਮੈਂ ਤਾਂ ਪਹਿਲਾਂ ਹੀ ਬੜਾ ਉਸੜਿਆ ਆਇਆ ਸੀ ਕਿ ਉਹ ਆਏ ਨੇ ਜਨਾਬ ਤੋਂ ਸਾਡੀਆਂ ਉਧਰਾਂ ਲੱਥੀਆਂ ਨੇ। ਜਨਾਬ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਹੁਣ ਜਨਾਬ ਤਮਾਮ ਅਹਬਾਬ ਨੂੰ ਗੁਜ਼ਾਰਿਸ਼ ਹੈ ਕਿ ਨਾਓ ਵੀ ਆਰ ਗੋਇੰਗ ਟੂ ਗੈਟ ਵੈਰੀ ਬਿਜ਼ੀ ਵੈਰੀ ਸੂਨ ਇਨ ਅਵਰ ਅਕੈਡਮਿਕ ਐਕਟੀਵਿਟੀਜ਼। ਪਲੀਜ਼ ਸਾਰੇ ਲੋਕ ਆਪਣੀਆਂ ਅਕੈਡਮਿਕ ਐਕਟੀਵਿਟੀਜ਼ ਚਲੇ ਜਾਣਗੇ ਅਤੇ ਜਿਹੜੇ ਸਾਡੇ ਮਹਿਮਾਨ ਨੇ ਉਹਨਾਂ ਨੂੰ ਮੈਂ ਦਾਵਤ ਦੇਵਾਂਗਾ ਕਿ ਉਹ ਦਫ਼ਤਰ 'ਚ ਇੱਕ ਵਾਰੀ ਤਸ਼ਰੀਫ ਲਿਆਉਣ ਅਤੇ ਫਿਰ ਜਨਾਬ ਉਹਨਾਂ ਨੂੰ ਅਸੀਂ ਅਲਵਿਦਾ ਕਰਾਂਗੇ। ਉੱਠਣ ਤੋਂ ਪਹਿਲਾਂ ਮਹਿਮਾਨਾਂ ਨੇ ਵੈਸੇ ਇਹ ਸਾਡੀ ਸਕਫ ਦੇ ਖਿਲਾਫ ਹੈ ਕਿ ਮਹਿਮਾਨ ਜਿਹੜਾ ਹੈ ਨਾ ਉਹਦੇ ਮੇਜ਼ਬਾਨ ਹਮੇਸ਼ਾ ਖਿਦਮਤ ਕਰਦਾ ਹੈ ਅਤੇ ਮਹਿਮਾਨਾਂ ਨੇ ਮੇਜ਼ਬਾਨਾਂ ਦੀ ਖਿਦਮਤ ਵਾਸਤੇ ਇਹ ਸੱਜੇ ਸੈਡਲ ਬਿਸਕਿਟ ਅਤੇ ਜੂਸਿਸ ਇਹ ਤੁਹਾਡੀ ਵਾਸਤੇ ਲਿਆਉਂਦੇ ਨੇ। ਇਹ ਤਾਰਕ ਨੂੰ ਮੈਂ ਕਹਿੰਦਾ ਵੀ ਸਾਡੇ ਦੋਸਤਾਂ ਨੂੰ ਜਿਹੜਾ ਨਾ ਇਹ ਤਕਸੀਮ ਕਰ ਅਤੇ ਅਸੀਂ ਇਸ ਗਿਫਟ ਦਾ ਮਹਿਮਾਨਾਂ ਦਾ ਤੇ ਦਿਲ ਤੋਂ ਸ਼ੁਕਰ ਕਰਦੇ ਹਾਂ। ਜਨਾਬ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ।